ਰਮਾਈ ਰਾਮਾਈ ਇਹ ਜਿਹੜੀ ਇਹ ਮੂਰਤੀ ਕੀ ਇਤਿਹਾਸ ਹੈ ਇਹ ਮੂਰਤੀ ਬਹੁਤ ਇਤਿਹਾਸਿਕ ਹੈ ਇੱਥੇ ਹਰ ਮਨੋ ਕਾਮਨਾ ਪੂਰਨ ਹੁੰਦੀ ਹੈ ਜੋ ਵੀ ਆਉਂਦਾ ਉਹਦੀ ਹਰ ਮਨੋ ਕਾਮਨਾ ਪੂਰੀ ਜਿਹੜਾ 41 ਮੰਗਲਵਾਰ ਲਗਾਤਾਰ ਇਹਦੀ ਪੂਜਾ ਕਰਦਾ ਉਹਦੀ ਹਰ ਮਨੋ ਕਾਮਨਾ ਪੂਰੀ ਦੇ ਬੱਚੇ ਦੀ ਦਾਤ ਮਿਲਦੀ ਹੈ ਹਰੋ ਕਾਰੋਬਾਰ ਚ ਵਾਧੇ ਹੁੰਦੇ ਆ ਲੋਕੀ ਸ਼ਰਧਾ ਨਾਲ ਆਉਂਦੇ ਆ ਔਰ ਇੱਥੇ ਆਪਣੀ ਮਨੋ ਕਾਮਨਾ ਪੂਰੀਆਂ ਕਰਦੇ ਆ ਇਹ ਇਤਿਹਾਸ ਜਿਹੜਾ ਮੰਦਰ ਜਿਹੜਾ ਹੈ ਏ ਬਾਬਾ ਲਾਲ ਜੀ ਦੀ ਪਿੱਛੇ ਬਾਬਾ ਲਾਲ ਜੀ ਜਤਰੀ ਕਰਦੇ বারবার ਇੱਥੇ ਹਰ ਤਰ੍ਹਾਂ ਦੀ ਮਨੋ ਕਾਮਨਾ ਬੱਚਿਆਂ ਮਾਵਾਂ ਦੀਆਂ ਟੋਲੀਆਂ ਵੀ ਇਥੋਂ ਭਰੀ ਜਾਂਦੀ ਨੇ ਸਾਨੂੰ ਮਨਜੀ ਤੋਂ ਇਹ ਔਰਤੀ ਬਹੁਤ ਚਮੰਦਗਰੀ ਹੈ ਜਿਹੜਾ ਮਰਜ਼ੀ ਨੂੰ ਦੇਖ ਸਕਦਾ ਹੈ ਇਹ ਮੂਰਤੀ ਆਪਣਾ ਰੰਗ ਬਦਲਦੀ ਰਹਿੰਦੀ ਹੈ ਹਰ ਵੇਲੇ ਕੋਈ ਨਾ ਕੋਈ ਇਹ ਆਪਣਾ ਕਰਤੱਵ ਦਿਖਾਉਂਦੀ ਰਹਿੰਦੀ ਹੈ ਜਿੱਦਾਂ ਦੇ ਲੋਕ ਜਿੱਦਾਂ ਕਿ ਅੱਜ ਦੇਖੋ ਇੱਕ ਉਹ ਮੁਗਟ ਨਾਲ ਖੁੱਲੇ ਆ ਜਦੋਂ ਇਹ ਖਿਆਲ ਆ ਜਾਏਗਾ ਉਹ ਨਾਲ ਜੁੜ ਜਾਂਦੇ ਆ ਔਰ ਗਰਮੀ 'ਚ ਖੁੱਲ ਜਾਂਦੇ ਆ ਔਰ ਗਰਮੀ 'ਚ ਬਹੁਤ ਪਸੀਨਾ ਆਉਂਦਾ ਹੈ ਤੁਹਾਨੂੰ ਇਸ ਲਈ ਇਹ ਗਰਮੀ ਤੋਂ ਬਚਾਉਣ ਵਾਸਤੇ ਪ੍ਰਬੰਧ ਕੀਤਾ ਜਾਂਦਾ ਹੈ ਹਾਂ ਜੀ ਗੁਰੂ ਜੀ ਤੇ ਪਹਾੜੀ ਦਾ ਵੱਖਰੇ ਹੋ ਜਾਂਦੇ ਆ ਔਰ ਖਿਆਲ 'ਚ ਨਾਲ ਜੁੜ ਜਾਂਦੇ ਮੇਰਾ ਨਾਮ ਨਿਰੰਦਰ ਕੁਮਾਰ ਸ਼ਰਮਾ ਪਹਿਲਾ ਚਮਚਕਾਰ ਇਹ ਹੋਇਆ ਸੀ ਇੱਥੇ ਬਾਬਾ ਸੀਤਾਰਾਮ ਜੀ ਰਹਿੰਦੇ ਹਣ ਉਹਨਾਂ ਨੇ ਕੁਝ ਪਰਮਾਨਾਂ ਨੂੰ ਕਿਹਾ ਵੀ ਜਾ ਕੇ ਤੇ ਮੂਰਤੀ ਲਿਆਓ ਸਟੇਸ਼ਨ ਤੇ ਆਈ ਆ ਰਾਜਸਥਾਨ ਚੋਂ ਜੈਪੁਰ ਤੋਂ ਉਹ ਜਦੋਂ ਟੇਸ਼ਨ ਉਹ ਕਹਿਣ ਲੱਗੇ ਮਹਾਰਾਜ ਜੀ ਇਹ ਕਿਹੜੀ ਗੱਲ ਆਸੀਂ ਦੋ ਜਣੇ ਜਾਣੇ ਆ ਤੇ ਮੂਰਤੀ ਜੀ ਉਹ ਜਦੋਂ ਇਸ ਟੇਸ਼ਨ ਤੇ ਗਏ ਨੇ ਮੂਰਤੀ ਨੂੰ ਲੱਗੇ ਚੁੱਕਣ ਵਾਸਤੇ ਤੇ ਮੂਰਤੀ ਚੁੱਕੀ ਨਹੀਂ ਗਈ ਉਹਨਾਂ ਨੇ ਉੱਥੋਂ ਟੇਸ਼ਨ ਦੇ ਚਾਰ ਪੰਜ ਬੰਦੇ ਹੋਰ ਲਾਏ ਇਹ ਮੂਰਤੀ ਚੁੱਕੀ ਨਹੀਂ ਗਈ ਉਹ ਹਾਰ ਕੇ ਵਾਪਸ ਰਿਹਾ ਇੱਥੇ ਮੰਦਰੇ ਆ ਗਏ ਆਣ ਕੇ ਸਿਤਾ RAM ਬਾਬੇ ਨੂੰ ਕਹਿਣ ਲੱਗੇ ਮਹਾਰਾਜ ਜੀ ਉਹ ਮੂਰਤੀ ਉਮਦੀ ਨਹੀਂ ਗਈ ਫੇ ਮਹਾਰਾਜ ਜੀ ਬਾਬੇ ਸਿਧਾਰਾਮ ਜੀ ਨੇ ਇਥੇ ਪ੍ਰਸ਼ਾਦ ਤਿਆਰ ਕੀਤਾ ਉਹ ਕਹਿਣ ਲੱਗੇ ਤੁਸੀਂ ਹੰਕਾਰ ਚ ਆ ਗਏ ਹੋ ਉਹ ਤੁਹਾਡੇ ਨਾਲ ਨਹੀਂ ਆਉਣੇ ਇਥੇ ਪ੍ਰਸ਼ਾਦ ਜਾ ਕੇ ਤਿਆਰ ਕਰਕੇ ਜਾ ਕੇ ਟੇਸ਼ਨ ਤੇ ਗਏ ਨੇ ਇਹਨਾਂ ਨੇ ਕਿਹਾ ਮੂਰਤੀ ਨੂੰ ਭੋਗ ਲਵਾਇਆ ਤੇ ਕਹਿਣ ਲੱਗੇ ਵੀ ਚਲੋ ਮਹਾਰਾਜ ਸਾਡੇ ਨਾਲ ਚਲੋ ਉਹ ਦੋ ਬੰਦਿਆਂ ਨੇ ਮੂਰਤੀ ਚੁੱਕ ਕੇ ਇੱਥੇ ਲੈ ਆਂਦੀ ਤੇ ਇੱਥੇ ਲਿਆ ਕੇ ਸਟਾਪਨ ਕੀਤੀ ਇਥੇ ਪਈ ਕਈ ਵਾਰੀ ਉਹਨਾਂ ਨੇ ਜਿੰਦਾ ਕੀਤਾ ਇਹਨਾਂ ਨੂੰ ਕਈ ਵਾਰੀ ਮਰ ਜੋਵਾ ਚ ਤੇੜਾ ਚ ਕਈਆਂ ਚੀਜ਼ਾਂ ਦੇ ਵਿੱਚ ਜਿੰਦਾ ਕਰਕੇ ਇਹ ਮੁਰਕੇ ਮੂਰਤੀ ਸਥਾਪਨ ਕੀਤੀ ਗਈ ਆ ਇਹ ਮੂਰਤੀ ਬਹੁਤ ਇਤਿਹਾਸੀ ਮੂਰਤੀ ਆ ਇਹਦਾ ਗਰਮੀਆਂ ਦੇ ਵਿੱਚ ਤੁਸੀਂ ਵੇਖੋ ਆਣ ਕੇ ਤੇ ਸਾਰਾ ਚੋਲਾ ਜਿਹੜਾ ਪਰਸੀਨੇ ਨਾ ਪਰ ਜਾਂਦਾ ਵਾ ਤੇ ਇਹਦੇ ਮੁੱਖ ਜਿਹੜੇ ਵੱਖਰੇ ਹੋ ਜਾਂਦੇ ਗਰਮੀਆਂ 'ਚ ਤੇ ਜਦੋਂ ਸਿਆਲ ਹੁੰਦਾ ਵਾ ਇਹ ਆਪਣੇ ਆਪ ਜੁੜਨੇ ਚાલુ ਹੋ ਜਾਂਦੇ ਇੱਥੇ ਕਈਆਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਜੋ ਮੰਗਦਾ ਉਹ ਮਿਲਦਾ ਜੀ ਇਹ ਬਹੁਤ ਪੁਰਾਣਾ ਮੰਦਿਰ ਹੈ ਜੀ ਇਹ ਮੂਰਤੀ ਜਿਹੜੀ ਸਾਡੇ ਆਹੀਂ ਉਹ ਬੱਚੇ ਹੀ ਹਾਂ ਜਿਹਨਾਂ ਦੀ ਸੁਣਿਆ ਵੀ ਆਈ ਹੈ ਸਾਡੇ ਬਜ਼ੁਰਗ ਦੱਸਦੇ ਹਨ